ਬਸੰਤ ਚੜਿਆ ਇਹ ਜੀ ਜੰਤ ਫੁੱਲੇ ਹਰ ਚਿਤ ਲਾਏ ਫੁੱਲੀ ਬਨ ਰਾਏ ਬਸੰਤ ਚੜਿਆ ਫੁੱਲੀ ਬਨ ਰਾਏ ਬਸੰਤ ਚੜਿਆ ਇਹ ਜੀ ਜੰਤ ਫੁੱਲੇ ਹਰ ਚਿਤ ਲਾਏ ਫੁੱਲੀ ਬਨ ਰਾਏ ਬਸੰਤ ਚੜਿਆ 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 ਫੁੱਲੀ ਬਨ ਰਾਏ ਫੁੱਲੀ ਬਨ ਰਾਏ ਫੁੱਲੀ ਬਨ ਰਾਏ ਬਸੰਤ ਚੜਿਆ ਫੁੱਲੀ ਬਨ ਰਾਏ ਬਸੰਤ ਚੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਸਾਡੇ ਗੁਰੂ ਸਾਹਿਬਾਨ ਨੇ ਵਾਤਾਵਰਨ ਨੂੰ ਭਾਵ ਕੇ ਸਾਡੇ ਰੁੱਖਾਂ ਨੂੰ ਔਰ ਕੁਦਰਤ ਦੀ ਦੇਣ ਨੂੰ ਬਹੁਤ ਪਿਆਰ ਦਿੱਤਾ ਹੈ ਬਹੁਤ ਮਾਣ ਸਤਿਕਾਰ ਦਿੱਤਾ ਹੈ ਕਿਉਂਕਿ ਬਲਿਹਾਰੀ ਕੁਦਰਤ ਵੱਸਿਆ ਤੇਰਾ ਅੰਤ ਨਾ ਜਾਈ ਲਖਿਆ ਇਹ ਕੁਦਰਤ ਦੇ ਵਿੱਚ ਮਹਾਰਾਜ ਦਾ ਵਾਸਾ ਹੈ ਸੋ ਗੁਰਬਾਣੀ ਦੇ ਵਿੱਚ ਵੀ ਫੁੱਲ ਹੀ ਬਨ ਰਾਏ ਬਸੰਤ ਚੜਿਆ ਫੁੱਲ ਹੀ ਬਨ ਰਾਏ ਸੋ ਬਸੰਤ ਦੀ ਰੁੱਤ ਦੇ ਵਿੱਚ ਕਿਵੇਂ ਫੁੱਲ ਖਿੜਦੇ ਹਨ ਬਾਗ ਹਰੇ ਹੋ ਜਾਂਦੇ ਹਨ ਸੋ ਇਹ ਗੁਰੂ ਪਾਤਸ਼ਾਹ ਜੀ ਨੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਵਾਤਾਵਰਨ ਦੇ ਨਾਲ ਪਿਆਰ ਕਰਨਾ ਸਿਖਾਇਆ ਹੈ ਸੋ ਆਪਾਂ ਸਾਰੇ ਵਾਤਾਵਰਨ ਦੇ ਨਾਲ ਪਿਆਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ